ਤੁਹਾਡੇ ਮਤਲਬ ਵਿਰੋਧੀ ਪਾਰਟੀਆਂ ਦੇ ਕੁਝ ਲੋਕ ਤੁਹਾਡੀ ਪਾਰਟੀ 'ਚ ਸ਼ਾਮਲ ਹੋਏ ਤੇ ਤੁਹਾਡੇ ਵਿਰੋਧੀ ਆ ਕੇ ਦੁਬਾਰਾ ਫਿਰ ਉਹਨਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਵਾਉਂਦੇ ਨੇ ਤੇ ਇਹ ਕਹਿੰਦੇ ਨੇ ਜੇ ਸਾਡੀ ਸਰਕਾਰ ਆ ਗਈ ਪਰਚੇ ਦੇਵਾਂਗੇ ਉਹ ਕੀ ਗੱਲ ਹੈ ਇਹ ਪਰਚੇ ਦੀ ਰਾਜਨੀਤੀ ਕਰਦੇ ਰਹੇ ਤੇ ਜਿਹੜਾ ਅੱਜ ਦੁੱਖ ਇਹਨਾਂ ਨੂੰ ਭੋਗਣਾ ਪਿਆ ਇਸੇ ਗੱਲ ਦਾ ਹੀ ਹੈ ਇਹ ਸਭ ਤੁਸੀਂ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਸੀ ਤੁਸੀਂ ਕਦੇ ਉਸ ਵੇਲੇ ਬਾਤ ਚੁੱਕੀ ਉਸੀਂ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਵਿਰੋਧੀ ਕਹਿੰਦੇ ਨੇ ਸੀ ਪੈਸੇ ਦੇ ਨਾਲ ਰੋਲ ਦਿਆਂਗੇ ਤਾਂ ਫਿਰ ਜੇ ਪੈਸਾ ਬਹੁਤ ਆ ਤਾਂ ਖੁੱਡੀਆਂ ਕੋਲੇ ਉਹਨਾਂ ਦਾ ਤੋੜ ਖੀ ਇਹ ਬਾਦਲ ਸਾਹਿਬ ਨੇ ਕੋਈ ਬੜਾ ਵੱਡਾ ਕੰਮ ਨਹੀਂ ਸਾਡਾ 75 ਕ ਪਿੰਡ ਹੈ ਪਰ ਜਿਹੜੇ ਠੇਕੇ ਤੇ ਇਹਨਾਂ ਨੇ ਆਪਣੇ ਜਰਨੈਲ ਬਣਾਏ ਸੀ ਪਿੰਡ ਦਿੱਤੇ ਸੀ ਉਹਨਾਂ ਲੋਕਾਂ ਨੇ ਲੋਕ ਜਿਆਦਾ ਸਤਾਏ ਅੱਜ ਬਾਦਲ ਸਾਹਿਬ ਨੂੰ ਤਾਂ ਹੀ ਪਿੰਡਾਂ ਵਿੱਚ ਵੜਨਾ ਔਖਾ ਹੋ ਰਿਹਾ ਲੰਬੀ ਦੇ ਵਿੱਚ ਵਿਕਾਸ ਦੇ ਬਹੁਤ ਵੱਡੇ ਦਾਅਵੇ ਨੇ ਜਿਹੜੇ ਹੋ ਰਹੇ ਨੇ ਤੇ ਤੁਹਾਡੇ ਕੋਲੇ ਅਗਲਾ ਮਾਡਲ ਲੰਬੀ ਰੱਖੀ ਸਭ ਤੋਂ ਮਾੜੀ ਗੱਲ ਹੈ ਜਿਹੜੇ ਇੱਥੇ ਨਸ਼ਿਆਂ ਦਾ ਕਾਰੋਬਾਰ ਚੱਲਦਾ ਪਹਿਲਾ ਸਾਡੀ ਸਰਕਾਰ ਆਉਂਦੀ ਹੈ ਮੈਂ ਲੰਬੀ ਦਾ ਨੁਮਾਇੰਦਾ ਹਾਂ ਤੇ ਮੇਰਾ ਲੰਬੀ ਨੂੰ ਉਹਦੇ ਤੋਂ ਸਾਫ਼ ਸੁਥਰਾ ਕਰਨ ਦਾ ਫਰਜ਼ ਹੈ ਪਿਛਲੀ ਵਾਰ ਜਦ ਮੈਂ 100 ਸੀਟਾਂ ਦਾ ਦਾਵਾ ਸੀ ਤੇ ਸਰ ਕੀ ਲੱਗਦਾ ਕਿੰਨੀਆਂ ਸੀਟਾਂ ਦੇ ਨਾਲ ਆਵਾਮੀ ਪਾਰਟੀ ਸਰਕਾਰ ਬਣਾ ਲੇਗੀ ਪਿਛਲੀ ਵਾਰ ਜਿਹੜੀ ਗੱਲ ਵੱਖਰੀ ਸੀ ਪਿਛਲੀ ਵਾਰ ਇੱਕ ਹਵਾ ਸੀ ਐਦਕੀ ਸੋਚ ਬਦਲ ਬਦਲ ਗਈ ਲੋਕ ਸੋਚਦੇ ਸੋਚਦੇ ਆ ਫੈਸਲੇ ਤੇ ਆਇਆ ਕਿ ਕਿਸੇ ਨੂੰ ਹੋਰ ਵਾਰੀ ਦੇ ਜੇ ਸਭ ਜੇ ਐਸਓਰ ਜਿਹੜਾ ਤੁਸੀਂ ਪਿਛਲੀ ਵਾਰ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਕਿ ਮੈਚ ਫਿਕਸ ਤੇ ਜੇ ਐਸਓਰ ਫਿਕਸ ਹੋ ਗਿਆ ਆਮ ਆਦਮੀ ਪਾਰਟੀ ਕੋਲੇ ਉਹਦਾ ਕੀ ਤੋੜ ਇਹ ਫਿਕਸ ਤਾਂ ਹੁਣ ਵੀ ਕਰ ਰਹੇ ਆ ਸਾਡੇ ਹਲਕੇ ਤਾਂ ਕਰ ਰਹੇ ਆ ਕਾਲੀ ਜੋ ਵੋਟਾਂ ਮੰਗਦੇ ਆ ਜਦੋਂ ਬੰਦਾ ਕਹਿੰਦਾ ਨਹੀਂ ਇਤ ਕੀ ਸਾਡੇ ਤਾਂ ਜਵਾਕ ਇਸ ਗੱਲ ਵੀ ਸੋਚਦੇ ਆ ਜੰਗ ਜਨਰੇਸ਼ਨ ਇਹ ਕਹਿੰਦੀ ਹੈ ਉਦੋਂ ਕਹਿੰਦੇ ਯਾਰ ਉਧਰ ਕਾਨੂੰ ਪਾਉਣੀ ਆ ਫਿਰ ਤੁਸੀਂ ਦੂਸਰੇ ਪਾਸੇ ਕਰ ਲਓ ਕਾਂਗਰਸ ਨੂੰ ਕਰ ਲਓ ਜਦੋਂ ਤੁਸੀਂ ਪੰਜਾਬ ਵਿਧਾਨ ਸਭਾ ਹਲਕਿਆਂ ਦੀ ਲਿਸਟ ਦੇਖਦੇ ਹੋ ਤਾਂ ਹਲਕਾ ਲੰਬੀ 83ਵੇਂ ਨੰਬਰ ਤੇ ਆਉਂਦਾ ਪਰ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਹਲਕਾ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਤੇ ਸਭ ਤੋਂ ਵੱਧ ਚਰਚਾ ਇਸ ਹਲਕੇ ਦੀ ਹੁੰਦੀ ਆ ਕਿਉਂਕਿ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿਣ ਵਾਲੇ ਪ੍ਰਕਾਸ਼ ਸਿੰਘ ਬਾਦਲ ਇਥੋਂ ਲਗਾਤਾਰ ਪੰਜ ਚੋਣਾਂ ਜਿੱਤੇ ਨੇ ਤੇ ਐਸਆਰ ਟੱਕਰ ਸਖਤਾ ਆਮ ਆਦਮੀ ਪਾਰਟੀ ਤੋਂ ਨੇ ਗੁਰਮੀਤ ਸਿੰਘ ਖੁੱਡੀਆਂ ਗੁਰਮੀਤ ਸਿੰਘ ਖੁੱਡੀਆਂ ਸਾਡੇ ਨਾਲ ਨੇ ਗੱਲਬਾਤ ਕਰਨਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਖਰ ਚੈਨਲ ਦਾ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਤਾਂ ਇਸ ਵਾਰ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਮੁਕਾਬਲਾ ਬਹੁਤ ਸਖਤ ਆ ਕਿਵੇਂ ਦੇਖਦੇ ਹੋ ਤੇ ਜਦੋਂ ਤੁਸੀਂ ਲੋਕਾਂ 'ਚ ਜਾਣਦੇ ਹੋ ਤੁਸੀਂ ਮੈਂ ਤੁਹਾਨੂੰ ਸੁਣ ਰਿਹਾ ਸੀ ਤੁਸੀਂ ਕਿਹਾ ਕਿ ਲੋਕ ਬਦਲਾ ਚਾਹੁੰਦੇ ਨੇ ਤਾਂ ਤੁਹਾਨੂੰ ਲੋਕ ਕੀ ਕਹਿੰਦੇ ਨੇ ਪੰਜਾਬ ਜੋ ਕਾਫੀ ਲੰਬੇ ਸਮੇਂ ਤੋਂ ਇਹਦਾ ਇਤਿਹਾਸ ਹੀ ਬਣ ਗਿਆ ਕਿ ਕੁਝ ਦਾ ਖਾਨਦਾਨੀ ਦੇ ਉੱਤੇ ਰਾਜ ਕਰਦੇ ਰਹੇ ਅੱਜ ਜਿਹੜੀ ਪੰਜਾਬ ਦੀ ਹਾਲਤ ਹੈ ਬਹੁਤ ਪਤਲੀ ਹੈ 3 ਲੱਖ ਕਰੋੜ ਤੋਂ ਵੱਧ ਕਰਜ਼ਾ ਹੋ ਗਿਆ ਜੀ ਸਾਡੇ ਕੋਲੇ ਤਰੱਕੀ ਦਾ ਕੋਈ ਰਾਹ ਨਹੀਂ ਰਹਿ ਗਿਆ ਆਮਦਨ ਵਾਲੇ ਜਿਹੜੇ ਸਾਡੇ ਸਾਧਨ ਹੈ ਉਹਨਾਂ ਨੂੰ ਸਿਆਸੀ ਸਰਪ੍ਰਸਤੀ ਸਰਕਾਰ ਵਾਲੇ ਲੋਕ ਉਹਨਾਂ ਦੇ ਰਾਈ ਖਤਮ ਕੀਤਾ ਜਾ ਰਿਹਾ ਚਾਹੇ ਸਾਡੀ ਰੋਡਵੇ ਸੀ ਪੈਪਸੂ ਟ੍ਰਾਂਸਪੋਰਟ ਸੀ ਜਿੱਥੇ ਲੋਕ ਨੌਕਰੀ ਵੀ ਕਰ ਲੈਂਦੇ ਸੀ ਸਰਕਾਰ ਨੂੰ ਵੀ ਕੁਝ ਉਹਦੇ ਵਿੱਚ ਖਜ਼ਾਨੇ ਚ ਪੈਸਾ ਆ ਜਾਂਦਾ ਸੀ ਇਹ ਮੇ ਸਾਡੇ ਥਰਮਲ ਪਲਾਂਟ ਸੀ ਸਰਕਾਰੀ ਉਹਦੇ ਨਾਲ ਬਿਜਲੀ ਸਸਤੇ ਰੇਟ ਚ ਪੈਦਾ ਵੀ ਕਰ ਲੈਂਦੇ ਸਾਂ ਕੁਛ ਨਾ ਕੁਛ ਮੁਨਾਫਾ ਜਿਹੜਾ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਹੋ ਜਾਂਦਾ ਸੀ ਰੇਤਾ ਬਜਰੀ ਠੇਕਾ ਇਹ ਵੱਡਾ ਸਾਧਨਾ ਸਾਡਾ ਆਮਦਨ ਦਾ ਉਹਦੇ ਉਹਦੀ ਵੀ ਜਿਹੜੀ ਦੁਰਵਰਤੋਂ ਕਰਦੇ 1 2 4 ਕਰਾਂ ਦੇ ਵਿੱਚ ਵੰਡ ਕੇ ਜਿਹੜਾ ਦੋਨਾਂ ਚੀਜ਼ਾਂ ਦਾ ਤਕਰੀਬਨ 60 62 65 ਹਜ਼ਾਰ ਕਰੋੜ ਵਟਿਆ ਜਾ ਸਕਦਾ ਹੈ ਪੰਜਾਬ ਦੇ ਖਜ਼ਾਨੇ ਵਿੱਚ ਆ ਸਕਦਾ ਹੈ ਪਰ ਉਹਨੂੰ 10 15000 18000 12000 ਦੇ ਵਿੱਚ ਇਸ ਤਰ੍ਹਾਂ ਦੀ ਰੇਸ਼ੋ ਉੱਤੇ ਰੱਖ ਕੇ ਉਹਦਾ ਸਾਰਾ ਪੰਜਾਬ ਦੇ ਖਜ਼ਾਨੇ ਦੀ ਲੁੱਟ ਹੁੰਦੀ ਹੈ ਜਿਹਦੇ ਨਾਲ ਪੰਜਾਬ ਥੱਲੇ ਜਾਵੜਿਆ ਜੀ ਨੂੰ ਬਹੁਤਾਂ ਲੰਮਾ ਸਮਾਂ ਥੱਲੇ ਲੈ ਕੇ ਕੌਣ ਗਏ ਪਾਰਟੀਕੂਲਰ ਕੁਝ ਲੋਕ ਕਿਹੜੇ ਨੇ ਜਿਹੜੇ ਥੱਲੇ ਲੈ ਕੇ ਗਏ ਕੁਝ ਲੋਕਾਂ ਨੇ ਰਾਜ ਕੀਤਾ ਹੈ ਪਾਰਟੀਆਂ ਦਾ ਨਾਂ ਹੈ ਜਿਵੇਂ ਕਿ ਬੜਾ ਲੰਮਾ ਸਮਾਂ 18.5 ਸਾਲ ਪੰਜਾਬ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਕਰ ਲਿਆ 15 ਸਾਲ ਤੱਕ ਲਗਾਤਾਰ ਹੀ ਹੁਣ ਜਿਹੜਾ 97 ਤੋਂ ਲੈ ਕੇ 22 ਦੇ ਵਿੱਚ ਔਰ 10 ਸਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਰ ਲਿਆ ਉਸ ਦਰਾਂ ਨਾਲ ਹੀ ਜ਼ਿਆਦਾ ਜਿਹੜੀ ਇਹ ਸਾਰਾ ਕੁਝ ਪੰਜਾਬ ਦਾ ਖਿਲਰ ਗਿਆ ਜਾਂ ਇਹਨੂੰ ਖਲਾਰ ਦਿੱਤਾ ਗਿਆ। ਗੁਡੀਆ ਸਾਹਿਬ ਤੁਸੀਂ ਉਦੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਸੀ ਤੁਸੀਂ ਕਦੇ ਉਸ ਵੇਲੇ ਬਾ ਚੁੱਕੀ? ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਸੀਮ ਹੈ। ਉਸ ਵੇਲੇ ਪਹਿਲਾਂ ਜਦੋਂ 2002 ਦੀ ਸਰਕਾਰ ਸੀ 2007 ਦੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕੁਝ ਪੰਜਾਬ ਦੇ ਹਤੇਸ਼ੀ ਰਹੇ। ਅਸੀਂ ਵੀ ਸਮਝਦੇ ਸੀ ਪਰ ਐਤ ਕੀ ਤਾਂ ਉਹਨਾਂ ਨੇ ਕਮਾਲ ਹੀ ਕਰਤੀ। ਇੱਕ ਵਾਰੀ ਜਿੱਤਣ ਤੋਂ ਬਾਅਦ ਲੋਕਾਂ ਦੇ ਨਾਲ ਤਾਂ ਉਹਨਾਂ ਦਾ ਕੋਈ ਐਮ.ਐਲ.ਏ. ਤਰਸ ਗਏ ਉਹਨਾਂ ਨੂੰ ਮਿਲਣ ਨੂੰ ਮੰਤਰੀ ਤਰਸ ਗਏ ਆਮ ਵਰਕਰ ਨੂੰ ਜਾਂ ਕਿਸੇ ਨੂੰ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਤਾਂ ਉਹਨਾਂ ਨੂੰ ਮਿਲ ਹੀ ਨਹੀਂ ਸਕਦਾ ਇੱਕ ਦਾਸ ਹੀ ਨਹੀਂ ਸਕਦਾ ਇਹ ਗੱਲ ਅੱਛਾ ਖੁੱਡੀਆਂ ਸਾਹਿਬ ਤੁਸੀਂ ਵੋਟ ਕਿਸ ਅਧਾਰ ਤੇ ਮੰਗ ਰਹੇ ਹੋ ਕਿਉਂਕਿ ਜਿਨ੍ਹਾਂ ਨੇ ਪਹਿਲਾਂ ਇੱਥੇ ਰਾਜ ਕੀਤਾ ਜੋ ਪਹਿਲਾ ਐਮ.ਐਲ.ਏ. ਸੀ ਪ੍ਰਕਾਸ਼ ਸਿੰਘ ਬਾਦਲ ਤਾਂ ਮੈਂ ਕੰਧਾਂ ਤੇ ਲਿਖਿਆ ਉਹਨਾਂ ਦਾ ਪੜ੍ਹ ਰਿਹਾ ਕਿ ਵਿਕਾਸ ਨੂੰ ਵੋਟ ਸੀ ਵਿਕਾਸ ਕੀਤਾ ਹੋਰ ਕਰਾਂਗੇ ਤਾਂ ਫਿਰ ਤੁਸੀਂ ਵੋਟ ਕਿਸ ਅਧਾਰ ਤੇ ਮੰਗੋਗੇ ਉਹ ਵੋਟ ਵਿਕਾਸ ਦੇ ਅਧਾਰ ਤੇ ਮੰਗ ਰਹੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੰਬੀ ਦੇ ਨਹੀਂ ਸੀ ਲੰਬੀ ਦੀਆਂ ਗਲੀਆਂ ਗੱਲੀਆਂ ਗਲੀਆਂ ਨਾਲੀਆਂ ਨੂੰ ਪੱਕੀਆਂ ਨੂੰ ਇਹ ਕਹਿੰਦੇ ਆ ਸਾਡਾ ਵਿਕਾਸ ਹੋਇਆ ਇਹ ਖਾਲੇ ਨਹਿਰਾਂ ਤਾਂ ਸਾਰੇ ਪੰਜਾਬ 'ਚ ਹੀ ਬਣਦੀਆਂ ਤੇ ਬਣਣਗੀਆਂ ਜੋ ਵੀ ਸਰਕਾਰ ਆਊਗੀ ਇੱਥੇ ਵਾਕਿਆ ਇਹਨਾਂ ਨੇ ਕੰਕਰੀਟ ਦੀਆਂ ਬਣਾਈਆਂ ਉਹਦੇ ਤਾਂ ਜ਼ਿਆਦਾ ਇਹ ਪ੍ਰਚਾਰ ਕਰ ਰਹੇ ਪਰ ਬਾਦਲ ਸਾਹਿਬ ਦੀ ਜ਼ਿੰਮੇਵਾਰੀ ਪੰਜਾਬ ਦੀ ਸੀ ਇਹ ਕਿੰਨੇ ਵਾਰ ਮੁੱਖ ਮੰਤਰੀ ਬਣ ਗਏ ਸਾਡੇ ਕੋਲੇ ਜਿੰਨਾ ਇੱਕ ਸਾਧਨ ਸੀ ਚਾਹੇ ਵਿੱਦਿਆ ਦਾ ਉਹੀ ਤਿੰਨ ਇੱਕ ਯੂਨੀਵਰਸਿਟੀਆਂ ਚੱਲੀ ਜਾਂਦੀਆਂ ਉਹ ਨਵਾਂ ਕੁਛ ਕੀਤਾ ਸਾਡੇ ਕੀ ਲੋਕਾਂ ਨੂੰ ਲੋੜ ਨਹੀਂ ਸੀ ਦੀ ਕੋਈ ਹਸਪਤਾਲ ਬਣਾਇਆ ਕੋਈ ਮੈਡੀਕਲ ਕਾਲਜ ਬਣਾਇਆ ਅੱਜ ਕੰਧਾਂ ਉੱਤੇ ਲਿਖੀ ਜਾਂਦੇ ਵੀ ਅਸੀਂ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਬਣਾਵਾਂਗੇ ਤੇ ਪਿੱਛੇ ਕਿਸੇ ਨੇ ਉਹਨਾਂ ਨੂੰ ਰੋਕਿਆ ਸੀ ਇੱਕ ਦੋ ਹੀ ਪੰਜਾਬ 'ਚ ਹੋਰ ਬਣਾ ਦਿੰਦੇ ਜੀ ਅੱਛਾ ਤੁਸੀਂ ਮੈਂ ਤੁਹਾਨੂੰ ਸੁਣ ਰਿਹਾ ਸੀ ਤੁਸੀਂ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਵਿਰੋਧੀ ਕਹਿੰਦੇ ਨੇ ਸੀ ਪੈਸੇ ਦੇ ਨਾਲ ਰੋਲ ਦਿਆਂਗੇ ਤਾਂ ਫਿਰ ਜੇ ਪੈਸਾ ਬਹੁਤ ਆ ਤਾਂ ਖੁੱਡੀਆਂ ਦੇ ਕੋਲੇ ਉਹਨਾਂ ਦਾ ਤੋੜ ਕੀ ਮੇਰੇ ਨਾਲ ਲੋਕ ਆ ਜਿੱਥੇ ਲੋਕ ਆ ਜਾਣ ਉੱਥੇ ਪੈਸੇ ਦੀ ਬਹੁਤੀ ਗੱਲ ਨਹੀਂ ਹੁੰਦੀ ਨੋਟਬੰਦੀ ਹੋਈ ਹੈ ਤੁਸੀਂ ਵੇਖਿਆ ਨੋਟ ਚੱਲਣੋਂ ਹਟ ਗਏ ਪਰ ਲੋਕ ਚੱਲਣੋਂ ਨਹੀਂ ਹਟੇ ਲੋਕਾਂ ਦੀ ਸ਼ਕਤੀ ਵੱਡੀ ਹੁੰਦੀ ਹੈ ਦਿੱਲੀ ਦਾ ਮੋਰਚਾ ਵੇਖਿਆ ਲੋਕ ਜਦੋਂ ਇਕੱਠੇ ਹੋ ਜਾਂਦੇ ਤਾਂ ਮੋਦੀ ਨੂੰ ਵੀ ਝੁਕਣਾ ਪਿਆ ਲੋਕਾਂ ਨੇ ਤਾਂ ਸਦਾਮ ਹਸੈਨ ਨੂੰ ਵੀ ਕਾਬੂ ਕਰ ਲਿਆ ਸੀ ਗਦਾਫੀ ਨੂੰ ਵੀ ਕਰ ਲਿਆ ਸੀ ਲੋਕਾਂ ਦੀ ਸ਼ਕਤੀ ਬਹੁਤ ਵੱਡੀ ਹੁੰਦੀ ਹੈ ਅੱਛਾ ਤੁਸੀਂ ਇਹ ਵੀ ਬੋਲ ਰਹੇ ਸੀ ਕਿ ਤੁਸੀਂ ਕੁਝ ਤੁਹਾਡੇ ਮਤਲਬ ਵਿਰੋਧੀ ਪਾਰਟੀਆਂ ਦੇ ਕੁਝ ਲੋਕ ਤੁਹਾਡੀ ਪਾਰਟੀ 'ਚ ਸ਼ਾਮਲ ਹੋਏ ਤੇ ਤੁਹਾਡੇ ਵਿਰੋਧੀ ਆ ਕੇ ਦੁਬਾਰਾ ਫਿਰ ਉਹਨਾਂ ਨੂੰ ਆਪਣੀ ਪਾਰਟੀ ਸ਼ਾਮਲ ਕਰਵਾਉਂਦੇ ਨੇ ਤੇ ਇਹ ਕਹਿੰਦੇ ਨੇ ਜੇ ਸਾਡੀ ਸਰਕਾਰ ਆ ਗਈ ਪਰਚੇ ਦੇਵਾਂਗੇ ਉਹ ਕੀ ਗੱਲ ਆ ਇਹ ਪਰਚੇ ਦੀ ਰਾਜਨੀਤੀ ਕਰਦੇ ਰਹੇ ਤੇ ਜਿਹੜਾ ਅੱਜ ਦੁੱਖ ਇਹਨਾਂ ਨੂੰ ਭੋਗਣਾ ਪਿਆ ਇਸੇ ਗੱਲ ਦਾ ਹੀ ਆ ਇਹ ਬਾਦਲ ਸਾਹਿਬ ਨੇ ਕੋਈ ਬੜਾ ਵੱਡਾ ਕੰਮ ਨਹੀਂ ਸਾਡਾ 75 ਕ ਪਿੰਡ ਹੈ ਸਾਰੇ ਬੰਦਿਆਂ ਨੂੰ ਬਾਦਲ ਸਾਹਿਬ ਦੀ ਜਾਣ ਪਛਾਣ ਪਰ ਜਿਹੜੇ ਠੇਕੇ ਤੇ ਇਹਨਾਂ ਨੇ ਆਪਣੇ ਜਰਨੈਲ ਬਣਾਏ ਸੀ ਪਿੰਡ ਦਿੱਤੇ ਸੀ ਉਹਨਾਂ ਲੋਕਾਂ ਨੇ ਲੋਕ ਜਾਦੇ ਸਤਾਏ ਅੱਜ ਬਾਦਲ ਸਾਹਿਬ ਨੂੰ ਤਾਂ ਹੀ ਪਿੰਡਾਂ ਵਿੱਚ ਵੜਨਾ ਔਖਾ ਹੋ ਰਿਹਾ ਠੇਕਿਆਂ ਤੇ ਜ਼ਮੀਨਾਂ ਤਾਂ ਸੁਣੀਆਂ ਸੀ ਤਾਂ ਠੇਕਿਆਂ ਤੇ ਪਿੰਡ ਦੀ ਤੁਸੀਂ ਕਿਹੜੀ ਨਵੀਂ ਗੱਲ ਕਰ ਰਹੇ ਹੋ 10 10 15 15 ਪਿੰਡ ਦੇ ਕੇ ਨਾ ਉਹਨਾਂ ਨੂੰ ਉਹਨਾਂ ਦੇ ਉਹਨਾਂ ਦੀ ਲੱਤ ਸੱਲਦੀ ਉੱਥੋਂ ਦੀ ਜਨਤਾ ਨੂੰ ਟਪਾਉਣ ਦੀ ਗੱਲ ਹੁੰਦੀ ਸੀ ਹਮਮ ਅੱਛਾ ਕੋਡੀਆ ਸਭ ਤੁਸੀਂ ਕਾਂਗਰਸ ਛੱਡੀ 2021 ਦੇ ਵਿੱਚ ਇੱਧਰ ਆਏ ਪਰ ਕਾਂਗਰਸ ਛੱਡੇ ਛੱਡੇ ਆਮ ਆਦਮੀ ਪਾਰਟੀ ਤੁਸੀਂ ਜ਼ਰਾ देर ਨਹੀਂ ਲਾਤੀ ਪਹਿਲਾਂ ਤੁਸੀਂ ਕਾਂਗਰਸ ਤੇ ਵੀ ਸਵਾਲ ਉਠਾ ਰਹੇ ਸੀ ਤਾਂ ਇਮੀਡੀਏਟਲੀ ਨਹੀਂ ਇਹ ਤੁਹਾਡਾ ਫੈਸਲਾ ਸੀ ਲੇਟ ਨਹੀਂ ਹੋਇਆ ਤੁਸੀਂ ਮੈਂ ਅਸਲ ਵਿੱਚ 18 ਜੀ ਫੈਸਲਾ ਤਾਂ ਹੋ ਚੱਲਿਆ ਸੀ ਉਸ ਤੋਂ ਬਾਅਦ कोरोना ਆ ਗਿਆ ਤੇ ਮੇਰਾ ਮੇਲ ਮਲਾਪ ਨਾ ਹੋਇਆ ਮੈਂ ਸਾਰੀਆਂ ਗੱਲਾਂ ਕਹਿ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਫੇਰ ਛੱਡਣੀ ਚਾਹੁੰਦਾ ਸੀ ਪਰੰਤੂ ਥੋੜਾ ਜਿਹਾ ਉਹ ਲੰਮਾ ਸਮਾਂ ਲੰਘ ਗਿਆ ਰੂੜ ਕਸਾਲੋ ਦੇ ਵਿੱਚ ਇਸ ਕਰਕੇ ਮੇਰਾ ਇਹ ਲੇਟ ਹੋ ਗਿਆ ਮੈਂ ਇਸ ਨੂੰ ਮੰਨਦਾ ਜੀ ਜੀ ਅੱਛਾ ਖੁੱਡੀਆਂ ਸਾਹਿਬ ਤੁਸੀਂ ਇੱਕ ਸੀਟ ਤੇ ਸੀ ਕਿਉਂਕਿ ਪਿਛਲੀ ਵਾਰ ਤੁਹਾਨੂੰ ਕਾਂਗਰਸ ਨੇ ਮੌਕਾ ਨਹੀਂ ਦਿੱਤਾ ਤਾਂ ਤੁਸੀਂ ਇਸ ਵਾਰ ਲੰਬੀ ਸੀਟ ਦੇ ਲਈ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚਾਗੇ ਇਹ ਲੰਬੀ ਹੀ ਕਿਉਂ ਲੰਬੀ ਮੇਰਾ ਆਪਦਾ ਲੋਕਾਂ ਦਾ ਪਿਆਰ ਹੈ 30 ਸਾਲ ਤੋਂ ਮੇਰੀ ਜਿਹੜੀ ਸਿਆਸਤ ਹੈ ਮੈਂ ਤਾਂ ਇੱਕ ਨਿਮਾਣਾ ਨਿਤਾਣਾ ਜਾਂ ਕੋਈ ਮੇਰੇ ਕੋਲ ਵੱਡੀ ਜਾਇਦਾਦ ਨਹੀਂ ਲੋਕਾਂ ਨੇ ਮੇਰੀ ਸਿਆਸਤ ਨੂੰ ਚਲਾਇਆ ਬਹੁਤ ਮਾਨ ਸਨਮਾਨ ਦਿੱਤਾ ਮੈਨੂੰ ਇਸ ਕਰਕੇ ਮੈਂ ਲੰਬੀ ਛੱਡਣਾ ਨਹੀਂ ਚਾਹੁੰਦਾ ਮੈਂ ਲੰਬੀ ਦੇ ਲੋਕਾਂ ਨਾਲ ਹੀ ਪਿਆਰ ਹੈ ਤੇ ਲੰਬੀ ਦੇ ਲੋਕਾਂ ਦਾ ਹੀ ਫਤਵਾ ਲੈਣਾ ਚਾਹਣਾ ਜੀ ਜੀ ਤੁਹਾਡੇ ਕੋਲੇ ਕੋਈ ਕਹਿੰਦਾ ਸਾਡੇ ਕੋਲੇ ਦਿੱਲੀ ਮਾਡਲ ਆ ਕੋਈ ਕਹਿੰਦਾ ਸਾਡੇ ਕੋਲੇ ਪੰਜਾਬ ਮਾਡਲ ਆ ਜੇ ਮੈਂ ਗੱਲ ਕਰਾਂ ਤੁਹਾਡੇ ਕੋਲੇ ਲੰਬੀ ਮਾਡਲ ਕੀ ਆ ਕਿਉਂਕਿ ਲੰਬੀ ਦੇ ਵਿੱਚ ਖਾਸ ਕਰ ਖਾਸ ਕਰ ਤੋਂ ਪੂਰੇ ਪੰਜਾਬ 'ਚ ਹੀ ਕਰਦੇ ਉਹ ਲੰਬੀ ਦੇ ਵਿੱਚ ਵਿਕਾਸ ਦੇ ਬਹੁਤ ਵੱਡੇ ਦਾਅਵੇ ਨੇ ਜਿਹੜੇ ਹੋ ਰਹੇ ਨੇ ਤੇ ਤੁਹਾਡੇ ਕੋਲੇ ਅਗਲਾ ਮਾਡਲ ਲੰਬੀ ਰੱਖੀ ਆ ਵੇਖੋ ਜੀ ਜਿਹੜੀ ਇੱਕ ਵਾਰੀ ਪੰਜਾਬ ਦੀ ਸਥਿਤੀ ਬਹੁਤ ਗੁੰਝਲਦਾਰ ਹੋ ਚੁੱਕੀ ਹੈ ਸਭ ਤੋਂ ਮਾੜੀ ਗੱਲ ਆ ਜਿਹੜੇ ਇੱਥੇ ਨਸ਼ਿਆਂ ਦਾ ਕਾਰੋਬਾਰ ਚੱਲਦਾ ਪਹਿਲਾ ਸਾਡੀ ਸਰਕਾਰ ਆਉਂਦੀ ਐ ਮੈਂ ਲੰਬੀ ਦਾ ਨੁਮਾਇੰਦਾ ਐ ਤੇ ਮੇਰਾ ਲੰਬੀ ਨੂੰ ਉਹਦੇ ਤੋਂ ਸਾਫ਼ ਸੁਥਰਾ ਕਰਨ ਦਾ ਫਰਜ਼ ਐ ਦੂਜਾ ਜਿਹੜਾ ਸਰਕਾਰੀ ਸਕੂਲ ਐ ਸਾਡਾ ਬੇਸ ਨਾ ਚੰਗਾ ਹੋਵੇ ਤਾਂ ਅਸੀਂ ਕਿਸੇ ਕੋਰ ਸੱਚ ਨਹੀਂ ਜਾ ਸਕਦੇ ਕਿਸੇ ਨੌਕਰੀ ਲਈ ਔਖਾ ਹੋ ਜਾਂਦਾ ਪਹਿਲਾ ਕੰਮ ਮੇਰਾ ਉਹਨਾਂ ਸਕੂਲਾਂ ਵਾਸਤੇ ਸਾਡੀ ਪਾਰਟੀ ਦਾ ਵੀ ਏਜੰਡਾ ਐ ਦੂਸਤ ਪਹਿਲਾ ਦੂਸਰਾ ਜਿਹੜਾ ਐ ਕਿ ਉਸ ਜਿਹੜਾ ਸਾਨੂੰ ਜੇ ਕੋਈ ਬਿਮਾਰੀ ਸ਼ਮਾਰੀ ਆਉਂਦੀ ਐ ਹਸਪਤਾਲ ਹੈ ਉਹਨਾਂ ਵਿੱਚ ਡਾਕਟਰ ਹੋਰ ਲਿਆ ਕੇ ਮਸ਼ੀਨਰੀ ਲਿਆ ਕੇ ਜੋ ਵੀ ਟੈਸਟ ਕਰਨੇ ਆ ਦਵਾਈਆਂ ਦੀ ਲੋੜ ਆ ਪੂਰਾ ਕਰਵਾ ਕੇ ਵਾਰੀ ਸਰ ਵਾਰੀ ਕੰਮ ਵੱਡਾ ਇਹਨੂੰ ਮੈਂ 12 12 15 15 ਘੰਟੇ ਆਪਦੇ ਲਾ ਕੇ ਲੋਕਾਂ ਲਈ ਸੇਵਾ ਵਿੱਚ ਹਾਜ਼ਰ ਰਹੂੰ। ਅੱਛਾ ਕੁਡੀਆਂ ਸਾਹਿਬ ਪਿਛਲੀ ਵਾਰ ਜਦੋਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਤਾਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਤੇ ਕਾਂਗਰਸ ਨੇ ਰਲ ਕੇ ਚੋਣਾਂ ਲੜੀਆਂ। ਇਹ ਇਲਜ਼ਾਮ ਸੀ ਉਹਨਾਂ ਦੇ ਕਿ ਤਾਂ ਹੀ ਕੈਪਟਨ ਨੇ ਜਿਹੜੇ ਤਾਂ ਹੀ ਕੈਪਟਨ ਨੇ ਲੰਬੀ ਆਏ ਬਾਦਲ ਨੂੰ ਜਤਾਉਣ ਦੇ ਲਈ ਤਾਂ ਤੁਸੀਂ ਤਾਂ ਉਹਦੇ ਵਿੱਚ ਸੀ ਕੀ ਵਾਕਈ ਰਲ ਕੇ ਚੋਣਾ ਲੜੀ ਗਈਆਂ ਕਾਂਗਰਸ ਮੈਂ ਪਹਿਲਾਂ ਬਹੁਤਾ ਨਹੀਂ ਸਮਝਦਾ ਸੀ ਵੀ ਰਾਜੇ ਮਹਾਰਾਜੇ ਹੋ ਸਕਦਾ ਇੰਨੇ ਨੀਵੇਂ ਨਾ ਹੋ ਸਕਣ ਪਰ ਇਹ ਬਾੜਾ ਇੱਕ ਦੂਸਰੇ ਦੇ ਪਰਚੇ-ਪੁਰਚੇ ਵਾਪਸ ਲੈਣ ਦੇ ਇਹਨਾਂ ਦੀਆਂ ਜਿਹੜੀਆਂ ਹੁਣ ਪਤਾ ਲੱਗਦਾ ਨੇ ਵੀ ਕੜੀਆਂ ਜੁੜੀਆਂ ਜਿਹੜਾ ਸੈਂਟਰ ਸਿਟੀ ਦਾ ਸੀ ਲੁਧਿਆਣੇ ਵਾਲਾ ਬਾਦਲ ਵਾਲੇ ਨੇ ਵਾਪਸ ਲੈ ਲਿਆ ਤਾਂ ਕੈਪਟਨ ਅਮਰਿੰਦਰ ਨੇ ਉਹਨਾਂ ਤੋਂ ਇਹੋ ਜਿਹੀਆਂ ਗੱਲਾਂ ਹੋਈਆਂ ਇਹ ਆ ਪੰਜਾਬ ਦੀ ਜੋ ਨੁਕਸਾਨ ਹੋਇਆ ਹੈ ਉਹਦੀ ਪਰਪਾਈ ਨਹੀਂ ਕਰਾਰੇ ਤੁਸੀਂ ਉਹ ਤੋਂ ਦਾਵਾ ਜਤਾਇਆ ਸੀ ਕਿਹਾ ਸੀ ਕੈਪਟਨ ਬੰਦਰਸ ਸਿੰਘ ਨੂੰ ਕਿ ਮੈਂ ਇੱਥੋਂ ਲੜਨਾ ਚਾਹਣਾ ਨਹੀਂ ਮੇਰੀ ਤਾਂ ਤਕਰੀਬਨ ਟਿਕਟ ਹੋ ਗਈ ਸੀ ਦਿੱਲੀੋਂ ਵੀ ਸਾਰਾ ਕੁਝ ਹੋਏਗਾ ਸੀਗਾ ਮੈਨੂੰ ਤਾਂ ਲਾਸਟ 18 ਤਰੀਕ ਦਾ ਲਾਸਟ ਪੇਪਰ ਭਰਨ ਦਾ ਸੀ 15 ਤਰੀਕ ਨੂੰ ਸ਼ਾਮ ਨੂੰ ਮੈਨੂੰ ਟੈਲੀਫੋਨ ਆਇਆ ਵੀ ਗੁਰਮੀਤ ਸਿੰਘ ਮੈਨੂੰ ਹਾਈ ਕਮਾਂਡ ਕਹਿੰਦੀ ਹੈ ਫਿਰ ਮੈਂ ਕਿਵੇਂ ਕਰਾਂ ਮੈਂ ਕਿਹਾ ਜੀ ਤੁਹਾਨੂੰ ਕਹਿੰਦੀ ਉਹ ਸਾਡੇ ਵੱਡੇ ਹੋ ਪ੍ਰਧਾਨ ਆਜੋ ਜੀ ਆਇਆਂ ਨੂੰ ਇਸ ਲਈ ਮੈਂ ਉਹਨਾਂ ਨੂੰ ਹਾਂ ਕਰਤੀ ਮੈਂ ਨਾਲ ਕੋਈ ਸੌਦਾ ਵੀ ਨਹੀਂ ਕੀਤਾ ਵੀ ਮੈਨੂੰ ਤੁਸੀਂ ਕੀ ਦਿਓਗੇ ਕਵਰਿੰਗ ਕੈਂਡੀਡੇਟ ਵੀ ਮੈਨੂੰ ਉਹਨਾਂ ਨੇ ਰੱਖਿਆ ਗਿਆ ਸੀ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਉਦੋਂ ਗੱਲ ਹੋਈ ਤੁਨੀ ਕੈਪਟਨ ਦੇ ਨਾਲ ਕਿ ਉਦੋਂ ਤੁਹਾਨੂੰ ਪਤਾ ਲੱਗਦਾ ਸੀ ਕਿ ਮੈਚ ਫਿਕਸ ਹੋ ਰਿਹਾ ਹੌਲੀ ਹੌਲੀ ਚੋਣ ਦੇ ਦੌਰਾਨ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦਾ ਦਬਦਬਾ ਸੀਗਾ ਵੀ ਨਹੀਂ ਇਹੋ ਜਿਹੀਆਂ ਗੱਲਾਂ ਹੋਣੀਆਂ ਪਰ ਜਦੋਂ ਚੋਣ ਆ ਕੇ ਲੜੀ ਉਹਨੂੰ ਸਹੀ ਢੰਗ ਨਾਲ ਨਾ ਲੜੀ ਕੋਈ ਇਨਾ ਟਾਈਮ ਨਾ ਦਿੱਤਾ ਨੰਬਰ 2 ਬਾਅਦ ਵਿੱਚ ਆ ਕੇ ਲੋਕਾਂ ਦਾ ਧੰਨਵਾਦ ਹੀ ਨਾ ਕਰਨਾ ਪਹਿਲਾਂ ਕਹਿਣਾ ਵੀ ਇੱਥੇ ਕੋ ਐਸਡੀ ਬੈਠੂਗਾ ਦਫਤਰ ਖੋਲੂਗਾ ਲੰਬੀ ਦਾ ਸਿੱਧਾ ਆਪਤਾ ਚੰਡੀਗੜ੍ਹ ਨਾਲ ਹੋ ਉਹ ਸਾਰੀਆਂ ਗੱਲਾਂ ਉਹ ਤੋਂ ਬਾਅਦ ਵਿਤਕਰਾਈ ਹੁੰਦਾ ਗਿਆ ਆਖਰ ਆ ਕੇ ਸਾਡੇ ਤਾਂ ਮੇਰੀ ਤਾਂ ਜਿਹੜੀ ਜਿਆਦਾ ਲੜਾਈ ਹੋਈ ਆ ਰਾਸ਼ਨ ਕਾਰਡ ਹੀ ਗਰੀਬਾਂ ਦੇ ਕੱਟ ਦਿੱਤੇ ਗਏ 6000 ਤੋਂ ਵੱਧ ਮਨਿਸਟਰ ਨਾਲ ਵੀ ਗੱਲ ਕਰੀ ਚੀਫ ਮਿਨਿਸਟਰ ਦੇ ਵੀ ਉਹ ਤਾਂ ਨਹੀਂ ਮਿਲੇ ਜਿਹੜੇ ਐਮਪੀ ਸਿੰਘ ਤੇ ਉਹ ਅਸਲ ਵਿੱਚ ਗੱਲ ਹੈ ਨਾ ਗਾਂ ਕਰਿੰਦਿਆਂ ਦੇ ਹੱਥ ਚੜਾਤਾ ਸੀ ਮੈਨੂੰ ਤਾਂ ਥੋੜੀ ਇਸ ਗੱਲ ਦੀ ਵੀ ਹੁੰਦੀ ਸੀ ਮੈਂ ਉਹਨਾਂ ਨਾਲ ਬਹੁਤੀ ਗੱਲ ਕਰਕੇ ਰਾਜੀ ਨਹੀਂ ਸੀ ਸਾਵਾ ਬੰਦਾ ਮਿਲ ਨਹੀਂ ਰਿਹਾ ਸੀ। ਅਚ ਕੁਡੀਆਂ ਸਾਹਿਬ ਜੇ ਐਸਓਰ ਜਿਹੜਾ ਤੁਸੀਂ ਪਿਛਲੀ ਵਾਰ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਕਿ ਮੈਚ ਫਿਕਸ ਤੇ ਜੇ ਐਸਓਰ ਫਿਕਸ ਹੋ ਗਿਆ ਆਮ ਆਦਮੀ ਪਾਰਟੀ ਕੋਲੇ ਉਹਦਾ ਕੀ ਤੋੜਾ ਤੇ ਫਿਕਸ ਤਾਂ ਹੁਣ ਵੀ ਕਰ ਰਹੇ ਆ ਸਾਡੇ ਹਲਕੇ ਤੱਕ ਕਰ ਰਹੇ ਆ ਕਾਲੀ ਜੋ ਵੋਟਾਂ ਮੰਗਦੇ ਆ ਜਦੋਂ ਬੰਦਾ ਕਹਿੰਦਾ ਨਹੀਂ ਐਤਕੀ ਸਾਡੇ ਤਾਂ ਜਵਾਕ ਇਸ ਗੱਲ ਲਈ ਸੋਚਦੇ ਆ ਜੰਗ ਜਨਰੇਸ਼ਨ ਇਹ ਕਹਿੰਦੀ ਆ ਉਦੋਂ ਕਹਿੰਦੇ ਯਾਰ ਉਧਰ ਕਾਨੂੰ ਪਾਉਣੀ ਆ ਫਿਰ ਤੁਸੀਂ ਦੂਸਰੇ ਪਾਸੇ ਕਰ ਲਓ ਕਾਂਗਰਸ ਨੂੰ ਕਰ ਲਓ ਜਦੋਂ ਕਾਂਗਰ ਉਹ ਵੀ ਇਸ ਗੱਲ ਦਾ ਜਦੋਂ ਜਵਾਬ ਦਿੰਦੇ ਆ ਕੋਈ ਬੰਦਾ ਕਹਿੰਦਾ ਵੀ ਅਸੀਂ ਕੀ ਹੋਰ ਕਰਾਂਗੇ ਅਸੀਂ ਉਹ ਵੀ ਕਹਿੰਦੇ ਆ ਨਾ ਕਾਹ ਨੂੰ ਯਾਰ ਝਾੜੂ ਤੇ ਵੋਟਾਂ ਗਾਲਣੀਆਂ ਤੁਸੀਂ ਕਾਲੀ ਦਲ ਨੂੰ ਪਾ ਦੇ। ਤੁਹਾਨੂੰ ਲੋਕ ਦੱਸਦੇ ਆ ਇਹ ਜਿੰਨਾਂ ਕੋਲ ਵੋਟਾਂ ਮੰਗਣ ਦੱਸਦੇ ਆ। ਤਾਂ ਫਿਰ ਉਹਨਾਂ ਲੋਕਾਂ ਦਾ ਕੀ ਜਵਾਬ ਹੁੰਦਾ ਹੁੰਦਾ ਕੋ ਇਹਨਾਂ? ਲੋਕ ਤਾਂ ਚੱਲ ਪਏ ਆਪਣੇ ਨਾਲ ਉਹ ਤਾਂ ਕਿਸੇ ਗੱਲ ਦੀ ਪਰਵਾਹ ਨਹੀਂ ਕਰ ਰਹੇ ਲੋਕਾਂ ਨੂੰ ਉਹ ਕਿਸੇ ਨੇ ਕਿਸੇ ਨਾਲ ਲੜਨਾ ਥੋੜਾ ਹੁੰਦਾ ਉਹ ਗੱਲ ਸੁਣ ਲੈਂਦੇ ਚੁੱਪ ਕਰ ਜਾਂਦੇ ਆ। ਤਾਂ ਅੱਛਾ ਜੇ ਮੈਂ ਪੁੱਛਾਂ ਬਰਵਾਲਾ ਆਮ ਆਦਮੀ ਪਾਰਟੀ ਦਾ ਦਾਵਾ ਕਿ ਸਰਕਾਰ ਇਸਵਰ ਬਣਾ ਰਹੇ ਆ ਤੇ ਪਿਛਲੀ ਵਾਰ ਜਦੋਂ 100 ਸੀਟਾਂ ਦਾ ਦਾਵਾ ਸੀ ਪਿਛਲੀ ਵਾਰ ਜਿਹੜੀ ਗੱਲ ਵੱਖਰੀ ਸੀ ਪਿਛਲੀ ਵਾਰ ਇੱਕ ਹਵਾ ਸੀ ਐਤਕੀ ਸੋਚ ਬਦਲ ਬਦਲ ਗਈ ਲੋਕ ਸੋਚਣ ਲੱਗੇ ਵੀ ਜਿਹੜੇ ਪੰਜਾਬ ਤੇ ਰਾਜ ਕਰਦੇ ਰਹੇ ਕੁਝ ਖਾਨਦਾਨੀ ਹੈ ਔਰ ਵਾਰੀ ਨਾਲ ਕਰੀ ਜਾਂਦੇ ਉਹ ਬਹੁਤ ਅਮੀਰ ਹੁੰਦੇ ਜਾਂਦੇ ਪੰਜਾਬ ਗਰੀਬ ਹੁੰਦਾ ਜਾਂਦਾ ਲੋਕ ਸੋਚਦੇ ਸੋਚਦੇ ਆ ਫੈਸਲੇ ਤੇ ਆਏ ਆ ਕਿ ਕਿਸੇ ਨੂੰ ਹੋਰ ਵਾਰੀ ਦੇਈਏ ਇਹਦੇ ਅੱਜ ਤਾਂ ਜਿਹੜੇ ਹਾਲਾਤ ਐ ਨੇ ਸੁਖਬੀਰ ਬਾਦਲ ਦਾ ਖਦਰਾ ਉਹ ਜਿਹੜਾ ਆਪਦੇ ਜਨੇ ਸਮਝਦਾ ਸੀ ਮੈਂ ਉਹਨਾਂ ਵੀ ਸਮਝੌਤਾ ਕਰਕੇ ਉੱਥੋਂ ਦਾ ਜਿਹੜਾ ਪੁਰਾਣਾ ਐਮਐਲਏ ਸੀ ਆਮਲਾ ਨੂੰ પાਸੇ ਕਰ ਲਿਆ ਤੇ ਉਹਤੇ ਕੋਈ ਹੋਰ ਨਵਾਂ ਲਿਆਂਦਾ ਤੇ ਜਿਹੜੇ ਲੋਕ ਫਿਰ ਹੁਣ ਆਮ ਆਦਮੀ ਪਾਰਟੀ ਵੱਲ ਹੋ ਰਹੇ ਆ ਜੀ ਸ਼ੁਕਰੀਆ ਧੰਨਵਾਦ ਖੋਡੀਆਂ ਸਾਹਿਬ ਹਸਨ ਗੁਰਮੀਤ ਸਿੰਘ ਖੋਡੀਆਂ ਹਲਕਾ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਵਾਰ ਟੱਕਰ ਦੇ ਰਹੇ ਨੇ ਤੇ ਜਿਨ੍ਹਾਂ ਦਾ ਕਹਿਣਾ ਇਹ ਆ ਕਿ ਇਸ ਵਾਰ ਲੋਕ ਚੇਂਜ ਚਾਹੁੰਦੇ ਨੇ ਤੇ ਉਹ ਪੰਜ ਵਾਰ ਦੇ ਐਮਐਲਏ ਲੰਬੀ ਦੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣਗੇ ਤੇ ਜਿੱਤ ਦਰਜ ਕਰਨਗੇ ਆਪਣੇ ਸਹਿਯੋਗੀ ਕਰਨ ਦੇ ਨਾਲ ਮੈਂ ਗਗਨਦੀਪ ਰਟੋਲ ਅਖਰ ਦੇ ਲਈ